ਅਸਲਾਮ ਵਾਲੇਕਮ ਦੋਸਤੋ ਸੁਣਾਓ ਕੀ ਹਾਲ ਚਾਲ ਹੈ ਮੇਰੇ ਅਕਸਰ ਦੋਸਤ ਭਾਈ ਠੀਕ ਠਾਕ ਹੋਣਗੇ ਅੱਛਾ ਜੀ ਦੋਸਤਾਂ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਜਿਹੜੇ ਆਪਣੇ ਨਿਊ ਹੋਲਣ ਦੇ ਲਵਰ ਨੇ ਨਿਊ ਆਲ ਟਰੈਕਟਰ ਨੂੰ ਯੂਜ਼ ਕਰਦੇ ਨੇ ਜਿਹਨਾਂ ਦੋਸਤਾਂ ਨੇ ਨਿਊ ਟਰੈਕਟਰ ਲੈਣਾ ਹੈ ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿਉਂਕਿ ਪਿਛਲੇ ਸਾਲ ਦੋਸਤੋ 40ਵੀਂ ਇਹਨਾਂ ਸਾਲ ਗਿਰਾ ਜਿਹੜੀ ਉਹ ਆਪਣੀ ਮਨਾਈ ਸੀ ਉਹਦੇ ਉੱਪਰ ਇਹਨਾਂ ਆਪਣੇ ਨੀਲੇ ਟਰੈਕਟਰ ਦਬੰਗ ਹੋ ਗਿਆ ਗਾਜ਼ੀ ਹੋ ਗਿਆ 480 ਹੋ ਗਿਆ इन्हें नमें मॉडल इन्होंने दिखाए सन ठीक हो गया इस साल इकतालीसवीं साल गिर इन्हना लगभग मेरे हिसाब से गुजर चुकी पहले पिछले ग्यारहवीं तकरीबन महीने इस साल पता नहीं मसला एस साल लगता है जहाँ वे मतलब दबंग जरा पर काम कर का रहे हैं यो जो मार्केट से लॉन्च करा लेकिन दोस्तों इन्हें एक ऑफर दी है पिछले साल भी इन्हें दिखी सी कि ट्रैक्टर मिलन या नहीं मिलने गए कि हिसाब किताब ਇਹੀ ਦਿੱਤੀ ਸੀ ਨਾ ਕਿ 200 ਲੀਟਰ ਜਿਹੜਾ ਬੰਦਾ ਟਰੈਕਟਰ ਬੁੱਕ ਕਰਾਂਦਾ ਹੈ ਜਾਂ ਲੈਂਦਾ ਹੈ ਨੈਟ ਕੈਸ਼ ਉਹਨੂੰ 200 ਲੀਟਰ ਡੀਜ਼ਲ ਜਿਹੜਾ ਇਹ ਉਹ ਨਾਲ ਦਿੱਤਾ ਜਾਏਗਾ 200 ਲੀਟਰ ਡੀਜ਼ਲ ਜਿਹੜਾ ਇਹ ਉਹਦੀ ਘੱਮਸ ਘਮ ਪ੍ਰਾਈਸ ਬਣਦੀ 50 60 60 ਹਜ਼ਾਰ ਦੇ ਦਰਮਿਆਨ ਦੇ ਬਾਣੀ ਜਾਂਦੀ ਹੋਣੀ ਹੈ ਠੀਕ ਹੋ ਗਿਆ ਜੀ ਅਗਰ ਤੁਸੀਂ 200 ਲੀਟਰ ਡੀਜ਼ਲ ਲੈਂਦੇ ਹੋ ਤੇ 60 ਹਜ਼ਾਰ ਦੇ ਅੱਗੇ ਪਿੱਛੇ ਜਿਹੜਾ ਵੀ ਉਹ ਲਗਭਗ ਬਾਣੀ ਜਾਂਦਾ ਵੇ ਉਹ ਤੁਹਾਨੂੰ ਇਹ ਵੀ ਦਿੱਤਾ ਜਾਂਦਾ ਹੈ ਕਿ 1500 ਕਿੰਟਾ ਤੁਹਾਡਾ ਡਾਇਰੈਕਟਰ ਜਰੂਰ ਚੱਲੇਗਾ ਉਥੋਂ ਤੱਕ ਇਹ ਤੁਹਾਨੂੰ ਇਹਦੇ ਵਿੱਚ ਟਰੈਕਟਰ ਦਾ ਕੋਈ ਮਸਲਾ ਮਸਾਲਾ ਆਵੇ ਇੱਕ ਦਾ ਕਲੇਮ ਦੇਣਗੇ ਉਹ ਤੁਹਾਡਾ ਮਸਲਾ ਹੱਲ ਕਰਕੇ ਦੇਣਗੇ ਜਾਂ ਤੁਹਾਨੂੰ ਨਵਾਂ ਟਰੈਕਟਰ ਦੇਣਗੇ ਠੀਕ ਹੋ ਗਿਆ ਜੀ ਔਰ ਇਹ ਜਿਹੜਾ ਵੇ ਆਫਰ ਸਿਰਫ ਔਰ ਸਿਰਫ ਪਹਿਲੀ ਤਾਰੀਖ ਤੋਂ ਅਮ ਕਹਿ ਲੋਗੇ ਅਗਲੇ ਸਾਲ ਦੀ ਜਿਹੜੀ ਇਹ ਉਤੋਂ ਪਹਿਲੇ ਪਹਿਲੇ ਪਤਾ ਨਹੀਂ ਇਹ ਮਹੀਨਾ ਜਿਹੜਾ 31 ਆ 31 ਦਾ ਵੇ ਲਾਸਟ ਤੱਕ ਇਸ ਮਹੀਨੇ ਦੀ ਆਖਰ ਤੱਕ ਠੀਕ ਹੋ ਗਿਆ ਜੀ ਇਸ ਤੋਂ ਪਹਿਲੇ ਅਗਰ ਤੁਸੀਂ ਟਰੈਕਟਰ ਬੁੱਕ ਕਰਵਾਉਂਦੇ ਹੋ ਜਾਂ ਲੈਂਦੇ ਹੋ ਜਾਂ ਜਿਹੜਾ ਵੀ ਸਾਖਤਾ ਬੇ ਉਹ ਤੁਹਾਨੂੰ ਕਰਨਾ ਪਏਗਾ ਬਾਕੀ ਦੂਸਰੀ ਸਾਈਡ ਦਾ ਤਾਂ ਪਤਾ ਨਹੀਂ ਸਾਡੇ ਹਲ ਤਰਫ ਤੇ ਬਹੁਤ ਜ਼ਿਆਦਾ ਸੇਲ ਡੇਰਾ ਗਾਜ਼ੀ ਖਾਨ ਚ ਹੋ ਗਿਆ ਇਸਮਾਇਲ ਖਾਨ ਚ ਹੋ ਗਿਆ ਇਧਰ ਉੱਪਰ ਲਈ ਹਾਲ ਹੋ ਗਿਆ ਦੂਸਰੀ ਸਾਈਡ ਹਲ ਹੋ ਗਿਆ ਇਸ ਸੀਜ਼ਨ ਨੂੰ ਲੋਕ ਜਿਹੜੇ ਦੇਖਣਗੇ ਦੇਖੋ ਜੀ 21 ਮਾਡਲ ਬਾ ਉਹ ਤੇਈ ਮਾਡਲ ਚ ਕੋਈ ਮਾਡਲ ਚ ਕੋਈ ਜਿਹੜਾ ਖਾਸ ਫਰਕ ਨਹੀਂ ਹੈ ਠੀਕ ਹੈ ਜੀ 24 ਮਾਡਲ ਵੀ ਹੋ ਕੋਸੀ ਔਰ 23 ਮਾਡਲ ਵੀ ਹੋ ਕੋਸੀ ਅਗਰ ਸੇ ਇਹ ਮੈਨਾ ਚੇਂਜ ਕੀਤੀ ਤੇ ਦੋਸਤੋ ਸਿਰਫ ਔਰ ਸਿਰਫ ਇਹਨਾ ਪੱਟੀ ਚੇਂਜ ਕਰਨੀ ਹੈ ਜਿਹੜੀ ਹਰ ਸਾਲ ਸ਼ੋਅ ਦੀ ਪੱਟੀ ਚੇਂਜ ਕਰਦੇ ਨੇ ਉਹ ਹੀ ਚੇਂਜ ਕਰਨਗੇ ਔਰ ਇਸਰਾ ਮਸਲਾ ਕੋਈ ਵੀ ਨਜ਼ਰ ਸਾਹਮਣੇ ਜਿਹੜਾ ਉਹ ਨਹੀਂ ਆਏਗਾ ਬਾਕੀ ਜਿਸ ਦੋਸਤ ਨੂੰ ਚਾਹੀਦਾ ਹੋਵੇ ਨੰਬਰ ਚੱਲ ਰਿਹਾ ਤੁਸੀਂ ਰਾਪਤਾ ਕਰ ਸਕਦੇ ਹੋ ਜਾਂ ਰਾਤ ਸਾਡਾ ਕਰਨਾ ਜੇ ਤੁਹਾਨੂੰ ਦੂਸਰੇ ਟਰੈਕਟਰ ਬੁੱਕ ਕਰਾਣਾ ਹੈ ਉਹ ਤੋਂ ਅਨਵਾਟੋਮੈਟਕੀ ਤੁਹਾਨੂੰ ਡੀਜ਼ਲ ਨਾਲ ਦੇ ਦੇਣਗੇ ਕਿਉਂਕਿ ਪਿਛਲੇ ਸਾਲ ਇਹ ਮੋਬਾਈਲ ਵੀ ਦੇ ਰਹੇ ਸਨ ਇਹ ਲੋ ਟਰੈਕਟਰ ਦਾ ਚੇਂਜ ਕਰਨ ਵਾਲਾ ਸੀ ਲੇਕਿਨ ਇਸ ਸਾਲ ਜਿਹੜਾ ਵੀ ਉਹ ਸਿਰਫ ਔਰ ਸਿਰਫ ਡੀਜ਼ਲ ਦੇ ਰਹੇ ਨੇ ਔਰ 1500 ਕਿਲੋਟ ਦੇ ਬਾਅਦ ਜਿਹੜਾ ਵੀ ਉਹ ਮਸਲਮ ਸੈਲ ਉਹਦੇ ਅੰਦਰ ਜਿੰਦਰ ਕੋਈ ਮਸਲਾ ਮਸਾਲ ਬਣੇਗਾ ਤੇ ਉਹ ਇਹ ਹੱਲ ਕਰਕੇ ਦੇਣਗੇ ਉਹ ਦੇ ਰਹੇ ਨੇ ਬਾਕੀ ਦੋਸਤਾਨ ਮੈਂ ਗਿਲੇ ਸ਼ਿਕਵੇ ਥੋੜੇ ਦੂਰ ਕਰਨੇ ਸਨ ਉਹ ਨੈਕਸਟ ਵੀਡੀਓ ਜੀ ਇਨਸ਼ਾਅੱਲਾ ਦੂਰ ਕਰਾਂਗੇ ਬਾਕੀ ਵੀਡੀਓ ਪਸੰਦ ਆਵੇ ਚੈਨਲ ਸਬਸਕ੍ਰਾਈਬ ਕਰਿਓ ਅਲਾਹ ਹਾਫਿਜ਼